ਹਰ ਸੋਹੀ ਦਾ ਛੱਡ ਕੇ ਤਰਹਿਆਨ ਕੀਆ ਤੀ ਨਰ ਦੋਜਕ ਜਾਹੀਂਗੇ ਸਤ ਪਾਖੇ ਰਬਦਾ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭੈਰੋ ਦਰਸ਼ਨ ਦੇ ਪਪਲ ਦਾਸ ਗੁਰੂ ਸਰਵਨ ਦਾ ਹਰੀਦਾਸ ਗੁਰ ਜੋਏ ਸੋ ਹਮਰੀ ਰੱਖਿਆ ਕਰੇ ਵਿਘਨ ਨਾ ਲਾਗੇ ਕੋ ਧੰਨ ਧੰਨ ਸਤਿਗੁਰੂ ਗਰੀਬ ਦਾ ਬੰਧੋ ਨਿਤ ਸੁਬਛਾ ਚਰਨ ਕਵਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਚਰਨ ਕਵਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਆਦਰਣੀ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਗਰੀਬਾਂ ਦੇ ਮਸੀਹਾ ਚਾਰਾਂ ਯੁੱਗਾਂ ਦੇ ਮਾਲਕ ਅੰਮ੍ਰਿਤ ਬਾਣੀ ਦੇ ਰਚੇਤਾ ਗੁਰੂਆਂ ਦੇ ਗੁਰੂ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼੍ਰੀ ਚਰਨ ਕਮਲਾਂ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਨ ਪਾਵਨ ਪਵਿੱਤਰ ਤੀਰਥ ਸਥਾਨ ਜੋ ਕਿ ਬ੍ਰਹਮ ਗਿਆਨੀ ਮਹਾਨ ਮਹਾਤਮਾ ਪੁਰਸ਼ਾਂ ਦਾ ਤਪੱਸਿਆ ਸਥਲ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਸਰਵਨ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਹਰੀਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਗਰੀਬਦਾਸ ਜੀ ਮਹਾਰਾਜ ਵਰਤਮਾਨ ਗੱਦੀ ਮਸ਼ੀਨ ਸਤਿਕਾਰਯੋਗ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀਮਾਨ ਇਕਸੋਟ ਸੰਤ ਰਾਮਾਨੰਦ ਜੀ ਮਹਾਰਾਜ ਅੱਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਮਹਾਰਾਜ ਰਾਮਾਨੰਦ ਜੀ ਜਿਨ੍ਹਾਂ ਦੇ ਅੱਜ 15ਵੇਂ ਸ਼ਹੀਦੀ ਸਮਾਗਮ ਡੇਰਾ ਸ਼੍ਰੀ 108 ਸੰਤ ਸਰਵਨ ਦਾਸ ਜੀ ਸਤਸਖੰਡ ਬੱਲਾਂ ਵਿਖੇ ਏਵਾਂ ਜਿੱਥੇ ਭਾਰਤ ਦੇ ਅਲੱਗ ਅਲੱਗ ਸਥਾਨਾਂ 'ਤੇ ਉੱਥੇ ਵਿਸ਼ਵ ਦੇ ਅਲੱਗ ਅਲੱਗ ਗੁਰੂ ਰਵਿਦਾਸ ਨਾਮ ਦੇਵਾ ਸੰਗਤਾਂ ਅੱਜ ਮਹਾਰਾਜ ਰਾਮਾਨੰਦ ਜੀ ਨੂੰ ਯਾਦ ਕਰ ਰਹੀਆਂ ਨੇ ਅਤੇ ਅੱਜ ਵੱਡੀ ਗਿਣਤੀ ਦੇ ਵਿੱਚ ਗੁਰੂ ਰਵਿਦਾਸ ਨਾਮ ਦੇਵਾ ਸੰਗਤਾਂ ਸੰਤ ਮਹਾਰਾਜ ਰਾਮਾਨੰਦ ਜੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਸੁਮਨ ਅਰਪਿਤ ਕਰਨ ਵਾਸਤੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਨ ਵਾਸਤੇ ਆਏ ਹੈ। ਗੁਰੂ ਜੀ ਦੀ ਪਾਵਨ ਬਾਣੀ ਦਾ ਕਥਨ ਹੈ, ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ।
ਸਤਿਗੁਰ ਜੀ ਕਹਿੰਦੇ ਹੋ ਮਾਂ ਧੰਤਾ ਦੇ ਯੋਗ ਹੈ ਭਾਈ ਜੇ ਇਸ ਮਾਂ ਦੀ ਕੁੱਖ ਦੇ ਵਿੱਚੋਂ ਕਿਸੇ ਪਰਮਾਤਮਾ ਦੇ ਨਾਮ ਜਪਣ ਵਾਲੇ ਸੰਤ ਨੂੰ ਜਨਮ ਦਿੰਦੀ ਹੈ, ਜੋ ਕਿਸੇ ਦਾਨੀ ਨੂੰ ਜਨਮ ਦਿੰਦੀ ਹੈ, ਜੋ ਮਾਂ ਕਿਸੇ ਸੂਰਮੇ ਨੂੰ ਜਨਮ ਦਿੰਦੀ ਹੈ। ਰਵਿਦਾਸ ਹੋਈ ਸੂਰਾ ਭਲਾ ਜੋ ਲਰੇ ਧਰਮ ਕੇ ਹੇਤ, ਅੰਗ ਅੰਗ ਕਟ ਪੋਏ ਗ੍ਰਹਿ ਕਬੂ ਨਾ ਛਾਡੇ ਖੇਤ। ਸੰਤ ਮਹਾਰਾਜ ਰਾਮਾਨੰਦ ਜੀ ਜਿਨ੍ਹਾਂ ਨੇ ਆਸਟ੍ਰੇਲੀਆ ਵਿਆਨਾ ਦੀ ਧਰਤੀ ਦੇ ਉੱਤੇ ਸ਼ਹਾਦਤ ਦਾ ਜਾਮ ਪੀਤਾ ਹੈ, ਅਤੇ ਗੁਰੂ ਪਿਆਰੀ ਸਤਸੰਗ ਜੀ ਮੇਰੇ ਤੋਂ ਪਹਿਲੇ ਬਹੁਤ ਵਿਦਵਾਨਾਂ ਨੇ ਮਹਾਰਾਜ ਰਾਮਾਨੰਦ ਜੀ ਬਾਰੇ ਉਚਾਰਨ ਕੀਤਾ। ਸਮਾਂ ਘੱਟ ਹੈ, ਮੈਂ ਜ਼ਿਆਦਾ ਲੰਬਾ ਨਾ ਜਾਂਦੇ ਹੋਏ ਮੈਂ ਕਈ ਵਾਰ ਇਹ ਗੱਲ ਕੀਤੀ ਹੈ ਕਿ ਯੂਰਪ ਦੇ ਵਿੱਚ ਮਹਾਰਾਜ ਜੀ ਗਏ ਔਰ ਸੰਗਤਾਂ ਨੇ ਨਿਵੇਦਨ ਕੀਤਾ, ਮਹਾਰਾਜ ਸਾਰੇ ਧਰਮਾਂ ਦੀ ਆਈਡੈਂਟੀ ਹੈ, ਪਹਿਚਾਣ ਹੈ, ਸਾਡੇ ਸਮਾਜ ਦੀ ਕੋਈ ਆਈਡੈਂਟੀ ਨਹੀਂ ਹੈ, ਪਹਿਚਾਣ ਨਹੀਂ ਹੈ। ਮਹਾਰਾਜ ਰਾਮਾਨੰਦ ਜੀ ਕਹਿਣ ਲੱਗੇ ਭਾਈ ਆਈਡੈਂਟੀ ਬਣਾਉਣ ਵਾਸਤੇ, ਪਹਿਚਾਣ ਬਣਾਉਣ ਵਾਸਤੇ ਕੀ ਕਰਨਾ ਪਵੇਗਾ, ਆਪਣੇ ਆਪਣੇ ਵਿਚਾਰ ਦਿਓ। ਇੱਕ ਸੱਜਣ ਨੇ ਉੱਠ ਕੇ ਖੜੇ ਹੋ ਕੇ ਗੱਲ ਕਹੀ ਹੈ ਕਿ ਪਹਿਚਾਣ ਬਣਾਉਣ ਵਾਸਤੇ ਸ਼ਹੀਦੀਆਂ ਦੀ ਲੋੜ ਹੈ, ਕੁਰਬਾਨੀਆਂ ਦੀ ਲੋੜ ਹੈ। ਦੁਨੀਆਂ 'ਤੇ ਜਿੰਨੇ ਵੀ ਧਰਮ ਬਣੇ ਨੇ, ਜਿੰਨੇ ਲੋਕਾਂ ਦੀ ਪਹਿਚਾਣ ਬਣੀ ਹੈ, ਉਹਨਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਨੇ। ਅਤੇ ਮਹਾਰਾਜ ਰਾਮਾਨੰਦ ਜੀ ਉਸੇ ਟਾਈਮ ਉੱਠ ਕੇ ਖੜੇ ਹੋਏ, ਕਹਿਣ ਲੱਗੇ ਅਗਰ ਕੁਰਬਾਨੀ ਦੇਣ ਦੇ ਨਾਲ ਮੇਰੇ ਸਮਾਜ ਦੀ ਕੋਈ ਪਹਿਚਾਣ ਬਣਦੀ ਹੈ ਤਾਂ ਪਹਿਲੀ ਕੁਰਬਾਨੀ ਕੌਮ ਦੇ ਲਈ ਮੈਂ ਦੇਣ ਲਈ ਤਿਆਰ ਹਾਂ। ਸ਼੍ਰੀ ਰਵਿਦਾਸ ਮਹਾਰਾਜ ਕੀ ਬੋਲੇ ਸੋਨ ਪਹਿ ਸੰਤ ਰਾਮਾਨੰਦ ਮਹਾਰਾਜ ਕੀ। ਤੇ ਗੁਰੂ ਪਿਆਰੀ ਸਤਸੰਗ ਜੀ ਮਹਾਰਾਜ ਰਾਮਾਨੰਦ ਜੀ ਜਿਨ੍ਹਾਂ ਨੇ ਰਵਿਦਾਸੀਆ ਕੌਮ ਦੀ ਅੱਜ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਜੋ ਦਰ ਦਰ ਤੇ ਭਟਕਦੀਆਂ ਸੀ, ਅੱਜ ਕਿਤੇ ਹੈ ਕੱਲ ਕਿਤੇ ਹੈ, ਸਾਡਾ ਕੋਈ ਆਪਣਾ ਧਰਮ ਨਹੀਂ ਸੀ, ਸਾਡਾ ਕੋਈ ਆਪਣਾ ਸਥਾਨ ਨਹੀਂ ਸੀ, ਤੇ ਅੱਜ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਇਹ ਗੱਲ ਫਕਰ ਦੇ ਨਾਲ ਮਾਣ ਦੇ ਨਾਲ ਇਹ ਗੱਲ ਕਹਿੰਦੀਆਂ ਹੈ ਕਿ ਭਾਈ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਔਲਾਦ ਆ, ਸਾਡਾ ਧਰਮ ਰਵਿਦਾਸੀਆ ਹੈ। ਕੌਮ ਮੇਰੀ ਦਿਓ ਵੀਰੋ ਭੈਣੋ ਦਰ ਦਰ ਠੋਕਰ ਖਾਓ ਨਾ, ਗੁਰੂ ਰਵਿਦਾਸ ਗੁਰੂ ਹੈ ਸਾਡਾ, ਇਸ ਨੂੰ ਕਦੇ ਭੁਲਾਓ ਨਾ। ਮਹਾਰਾਜ ਰਾਮਾਨੰਦ ਜੀ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਗੁਰੂ ਜੀ ਦੇ ਨਾਲ ਕੇਵਲ ਪੰਜਾਬ ਜਲੰਧਰ ਤੱਕ ਨਹੀਂ, ਭਾਰਤ ਵਰਸ਼ ਵਿੱਚ ਨਹੀਂ, ਪੂਰੇ ਵਿਸ਼ਵ ਵਿੱਚ ਜਾ ਕੇ ਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਪ੍ਰਚਾਰ ਏਵਮ ਪ੍ਰਸਾਰ ਕੀਤਾ। ਉਹ ਸਾਰੀਆਂ ਸੰਗਤਾਂ ਅੱਜ ਸਤਿਗੁਰਾਂ ਦੀ ਸ਼ਹੀਦੀ ਸਮਾਗਮ ਦੇ ਉੱਤੇ ਇਕੱਤਰ ਹੋਏ ਆ, ਕੋਈ ਮੇਲਾ ਦੇਖਣ ਵਾਸਤੇ ਨਹੀਂ, ਜੋ ਮਹਾਰਾਜ ਜੀ ਨੇ ਸਾਡੇ ਸਮਾਜ ਦੇ ਲਈ ਕੁਰਬਾਨੀ ਦਿੱਤੀ ਹੈ, ਅੱਜ ਉਸ ਨੂੰ ਅਸੀਂ ਯਾਦ ਕਰਨ ਵਾਸਤੇ, ਜੇ ਇਸ ਕਾਰਵੇ ਨੂੰ ਜਿੱਥੇ ਛੱਡ ਕੇ ਗਏ ਆ, ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਉਸ ਮੂਵਮੈਂਟ ਨੂੰ, ਉਸ ਧਰਮ ਨੂੰ, ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲੀਏ। ਅਤੇ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਆਪਣੀ ਹਾਜ਼ਰੀ ਨੂੰ ਲਗਵਾਈਏ। ਆਓ ਇੱਕ ਵਾਰ ਸਾਰੀਆਂ ਸੰਗਤਾਂ ਆਪਣੀ ਆਪਣੀ ਰਸਨਾ ਤੋਂ ਸਤਨਾਮ ਦਾ ਉਚਾਰਨ ਕਰੀਏ। ਸਤਨਾਮ 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 ਜੀ, ਸਤਨਾਮ 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 ਜੀ, ਸਤਨਾਮ 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 ਜੀ, ਸਤਨਾਮ 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 ਜੀ,
ਜੀ ਸਤਨਾਮ 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 ਜੀ ਓ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਸਤਨਾਮ ਬੋਲੀਏ ਕਦੇ ਵੀ ਨਾ ਡੋਲੀਏ ਓ ਸਤਨਾਮ ਕਹੀਏ ਸਦਾ ਸੁਖ ਰਹੀਏ ਸਤਨਾਮ ਕਹੀਏ ਸਦਾ ਸੁਖੀ ਰਹੀ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਪਿਆਰੀ ਸਾਧ ਸੰਗਤ ਜੀ ਬਾਰਾ ਰਾਮਾਨੰਦ ਜੀ ਅਕਸਰ ਇਹ ਸ਼ਬਦ ਉਚਾਰਨ ਕਰਿਆ ਕਰਦੇ ਸੀ ਅੱਜ ਉਹਨਾਂ ਦੀ ਨਿੱਘੀ ਯਾਦ ਵਿੱਚ ਸਾਰੀਆਂ ਸੰਗਤਾਂ ਜੁੜ ਬੈਠੇ ਹਾਂ ਆਓ ਗੁਰੂ ਚਰਨਾਂ ਦੇ ਵਿੱਚ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ਬਦ ਜੇ ਗੁਲ ਸਾਧ ਬੈਸ ਗੁਲ ਸਾਧ ਬੈਸ ਗੁਲ ਸਾਧ ਬੈਸ ਜੇ ਗੁਲ ਸਾਧ ਬੈਸ ਵਰਨ ਅਵਰਨ ਰੰਗ ਨਹੀਂ ਸਰ ਵਰਨ ਅਵਰਨ ਰੰਗ ਨਹੀਂ ਸਰ ਬ੍ਰਾਹਮਣ ਬੈਸ ਸੂਦ ਯਾਰ ਖੱਤਰੀ
ਨਾਲ ਬਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ 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 ਆਪ ਤਾਰ ਤਾਰੇ ਕੁਲ ਦੋਏ ਆਪ ਵਰਨ ਅਵਰਨ ਰੰਗ ਨਹੀਂ ਸਰ ਮਨ ਵਾਸ ਜਾਣੀਏ ਜਲ ਸੋਏ ਮਨ ਵਾਸ ਜਾਣੀਏ ਜਲ ਸੋਏ ਕੁਲ ਸਾਧ ਬੈਸਨੋ ਤਨ ਸੋ ਗਾਓ ਤਨ ਸੋ ਠਾਓ ਤਨ ਪੁਨੀਤ
ਕੁਟੰਬ ਸਭ ਲੋਏ। ਸਤਿਗੁਰੂ ਜੀ ਕਹਿੰਦੇ ਉਹ ਧਨ ਨਗਰ ਧੰਤਾ ਦੇ ਯੋਗ ਹੈ ਜਿਸ ਨਗਰ ਦੇ ਵਿੱਚ ਨਾਮ ਜਪਣ ਵਾਲੇ ਮਹਾਨ ਮਹਾਨ ਮਹਾਂਪੁਰਸ਼ਾਂ ਦਾ ਆਗਮਨ ਹੁੰਦਾ। ਧਨ ਸੋ ਗਾਓ ਧਨ ਸੋ ਠਾਓ, ਕਹਿੰਦੇ ਫਿਰ ਉਹ ਥਾਂ ਵੀ ਪੂਜਣ ਦੇ ਯੋਗ ਹੈ, ਉਹ ਸਥਾਨ ਵੀ ਧੰਤਾ ਦੇ ਯੋਗ ਹੈ ਜਿੱਥੇ ਸਾਧੂ ਬੈਠ ਜਾਂਦੇ ਮਾਰ ਕੇ ਸਮਾਧੀਆਂ, ਉੱਥੋਂ ਨੱਸ ਜਾਂਦੀਆਂ ਨੇ ਸਾਰੀਆਂ ਉਪਾਧੀਆਂ। ਸਤਿਗੁਰੂ ਜੀ ਕਹਿੰਦੇ ਜਿੱਥੇ ਨਾਮ ਜਪਣ ਵਾਲੇ ਸੰਤਾਂ ਦਾ ਆਗਮਨ ਹੁੰਦਾ ਹੈ, ਧਨ ਪੁਨੀਤ ਕੁਟੰਬ ਸਭ ਲੋਏ। ਸਤਿਗੁਰੂ ਜੀ ਕਹਿੰਦੇ ਉਹ ਪਰਿਵਾਰ ਵੀ ਧੰਤਾ ਦੇ ਯੋਗ ਹੈ ਜਿਸ ਪਰਿਵਾਰ ਵਿੱਚ ਨਾਮ ਜਪਣ ਵਾਲੇ ਸੰਤਾਂ ਦਾ ਆਗਮਨ ਹੁੰਦਾ। ਤੇ ਆਓ ਸਤਿਗੁਰੂ ਜੀ ਨੇ ਅਗਲੀਆਂ ਪੰਕਤੀਆਂ ਅੰਦਰ ਉਚਾਰਨ ਕੀਤਾ ਹੈ। ਪੰਡਤ ਸੂਰ ਛਤਰ ਪਾਤ ਰਾਜਾ, ਪੰਡਤ ਸੂਰ ਛਤਰ ਪਾਤ ਰਾਜਾ, ਪੰਡਤ ਸੂਰ ਛਤਰ ਪਾਤ, ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਸਤਿਗੁਰੂ ਜੀ ਕਹਿੰਦੇ ਪੰਡਿਤ ਨਾਮ ਹੈ ਵਿਦਵਾਨ ਦਾ, ਕੋਈ ਕਿੰਨੀ ਵੀ ਵਿਦਵਾਨ ਹੋਵੇ, ਪੰਡਿਤ ਸੂਰ ਸੂਰਮਾ ਹੋਵੇ, ਛਤਰਪਤੀ ਰਾਜਾ ਰਾਜਾ ਹੋਵੇ, ਨੌਕਰ ਚਾਕਰ ਹੋਣ, ਧਨ ਦੌਲਤ ਹੋਵੇ, ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਮ ਦੀ ਭਗਤੀ ਕਰਨ ਵਾਲੇ ਦੇ ਤੁਲ ਉਹਦੇ ਬਰਾਬਰ ਨਹੀਂ ਹੋ ਸਕਦਾ। ਤੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਜੈਸੇ ਪੁਰੈਨ ਪਾਤ ਰਹੇ ਜਲ ਸਮੀਪ, ਭਨ ਰਵਿਦਾਸ ਜਨਮੇ ਜਗੋ। ਆਓ ਸਤਿਗੁਰੂ ਜੀ ਨੇ ਬਾਣੀ ਅੰਦਰ ਉਚਾਰਨ ਕੀਤਾ। ਪੰਡਤ ਸੂਰ ਛਤਰ ਪਾਤ ਰਾਜਾ, ਪੰਡਤ ਸੂਰ ਛਤਰ ਪਾਤ ਰਾਜਾ, ਭਗਤ ਬਰਾਬਰ ਔਰ ਵਰਨ ਅਵਰਨ ਰੰਗ ਨੀਸਰ ਬਿਮਲ ਬਾਸ ਜਾਨੀਏ ਜਗ ਸੋਈ। ਮੈਂ
ਦੋ ਪੰਕਤੀਆਂ ਕਹਿ ਕੇ ਬਾਣੀ ਨੂੰ ਬਰਾਮ ਦੇਵਾਂਗਾ, ਇੱਕ ਧਾਰਨਾ ਸਥਾਈ ਅੰਤਰਾ ਗਾ ਕੇ ਮਹਾਰਾ ਰਾਮਾਨੰਦ ਉਹਨਾਂ ਦੀ ਨਿੱਘੀ ਯਾਦ ਵਿੱਚ ਕੁਝ ਪੰਕਤੀਆਂ ਲਿਖੀਆਂ ਨੇ। ਆਓ ਮੈਂ ਦੋ ਮਿੰਟ ਵਿੱਚ ਆਪਣੀ ਬਾਣੀ ਨੂੰ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ। ਅੰਮ੍ਰਿਤ ਬਾਣੀ ਤੁਸਾਂ ਦੀ ਸੁਣ ਕੇ ਅੰਮ੍ਰਿਤ ਬਾਣੀ, ਸਤਿਗੁਰ ਚਰਨੀ ਆਏ ਪਰਾਣੀ, ਸਤਿਗੁਰ ਚਰਨੀ ਆਏ ਪਰਾਣੀ, ਸਤਿਗੁਰ ਚਰਨੀ ਆਏ ਪਰਾਣੀ, ਸਤਿਗੁਰ ਚਰਨੀ ਆਏ ਪੁਰਾਣੀ, ਸੁਲਝ ਗਈ ਜ਼ਿੰਦਗੀ ਦੀ ਤਾਣੀ, 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 ਮੁੱਕ ਗਈ ਉਹਨਾਂ ਦੀ ਆਉਣੀ ਜਾਣੀ, 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 ਉਹ ਤਿਆਗ ਤਪੱਸਿਆ ਦੇਖ ਕੇ, ਤਿਆਗ ਤਪੱਸਿਆ ਦੇਖ ਕੇ ਸੰਗਤਾਂ ਸੀਸ ਝੁਕਾਉਂਦੀਆਂ ਨੇ, ਸੰਗਤਾਂ ਸੀਸ ਝੁਕਾਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਸਾਨੂੰ ਬੜਾ ਰਲਾਉਂਦੀਆਂ ਨੇ, ਸਾਨੂੰ ਬੜਾ ਰਲਾਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ। ਸੁੱਤਾ
ਪਿਆ ਸਮਾਜ ਜਗਾਇਆ, ਸੁੱਤਾ ਪਿਆ ਸਮਾਜ ਜਗਾਇਆ, ਸੁੱਤਾ ਪਿਆ ਸਮਾਜ ਜਗਾਇਆ, ਸੁੱਤਾ ਪਿਆ ਸਮਾਜ ਜਗਾਇਆ, ਜੀਵਨ ਕੌਮ ਦੇ ਲੇਖੇ ਲਾਇਆ, 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 ਸਰਵਣ ਦਾ ਚੁਲਾਇਆ, ਬੂਟਾ ਸਰਵਣ ਦਾ ਚੁਲਾਇਆ, ਬੂਟਾ ਸਰਵਣ ਦਾ ਚੁਲਾਇਆ, ਬੂਟਾ ਸਰਵਣ ਦਾ ਚੁਲਾਇਆ, ਉਸ ਬੂਟੇ ਨੂੰ ਪਾਣੀ ਪਾਇਆ, 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 ਦੇਸ਼ ਵਿਦੇਸ਼ ਦੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਜਸ ਤੇਰਾ ਗਾਉਂਦੀਆਂ ਨੇ, ਜਸ ਤੇਰਾ ਗਾਉਂਦੀਆਂ ਨੇ, ਰਾਮਾਨੰਦ ਜੀਓ ਤੇਰੀ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਗੁਰੂ ਕਰੀ ਸਾਧਸੰਗ ਜੀ ਦੀ ਬਾਰਾ ਰਾਮਾਨੰਦ ਜੀ ਜਿਹਨਾਂ ਦੀ ਅੱਜ ਨਿੱਘੀ ਯਾਦ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਨਮਨ ਕਰਨ ਵਾਸਤੇ ਆਏ ਹੋ, ਅਤੇ ਆਓ ਅਸੀਂ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਹਾਂ, ਆਓ ਜੇ ਸੋਚ ਨੂੰ ਦੇਸ਼ ਉਪਲਕਸ਼ ਨੂੰ ਲੈ ਕੇ ਸੰਤ ਮਹਾਰਾਜ ਰਾਮਾਨੰਦ ਜੀ ਚੱਲੇ, ਜਿਨ੍ਹਾਂ ਨੇ ਆਪਣੇ ਖੂਨ ਦਾ ਛਿੱਟਾ ਰਵਿਦਾਸੀਆ ਕੌਮ ਦੇ ਉੱਤੇ ਮਾਰਿਆ ਹੈ, ਅਤੇ ਅੱਜ ਰਵਿਦਾਸੀਆ ਕੌਮ ਜਾਗ ਚੁੱਕੀ ਹੈ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਭਗੁਰਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਨਮਸਕਾਰ ਕਰਦੇ ਹੋਏ ਮੈਂ ਇੱਥੇ ਬਾਣੀ ਨੂੰ ਬਰਾਮ ਲੈਂਦਾ ਜੀ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ ਸਤਨਾਮ ਸਤਨਾਮ।